ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਦੀਪ ਤੁਹਾਡਾ ਸਵਾਗਤ ਕਰਦਾ ਹਾਂ YouTube ਦੇ ਚੈਨਲ ਰੀਅਲ ਵਰਲਡ ਦੇ ਵਿੱਚ। ਦੋਸਤੋ, ਅਸੀਂ ਸਾਰੇ ਲੋਕ ਸੁਪਨੇ ਦੇਖਦੇ ਹਾਂ। ਕਿਸੇ ਦੇ ਸੁਪਨੇ ਛੋਟੇ ਹੁੰਦੇ, ਕਿਸੇ ਦੇ ਸੁਪਨੇ ਵੱਡੇ ਹੁੰਦੇ। ਕਿਸੇ ਦਾ ਸੁਪਨਾ ਘਰ ਖਰੀਦਣ ਦਾ ਹੁੰਦਾ, ਕਿਸੇ ਦਾ ਸੁਪਨਾ ਕਾਰ ਖਰੀਦਣ ਦਾ ਹੁੰਦਾ। ਕਿਸੇ ਦਾ ਸੁਪਨਾ ਕੁਛ ਕਰਕੇ ਦਿਖਾਉਣ ਦਾ ਹੁੰਦਾ, ਕਿਸੇ ਦਾ ਸੁਪਨਾ ਕੁਛ ਬਣ ਕੇ ਦਿਖਾਉਣ ਦਾ ਹੁੰਦਾ। ਪਰ ਕੀ ਸਾਰੇ ਲੋਕ ਸੁਪਨੇ ਸਾਕਾਰ ਕਰ ਲੈਂਦੇ ਆ? ਨਹੀਂ, ਸਾਰੇ ਲੋਕ ਸੁਪਨੇ ਸਾਕਾਰ ਨਹੀਂ ਕਰ ਪਾਉਂਦੇ। ਕੁਛ ਚੁਣਿੰਦਾ ਹੀ ਲੋਕ ਹੁੰਦੇ ਜੋ ਸੁਪਨੇ ਸਾਕਾਰ ਕਰ ਲੈਂਦੇ ਆ। ਅੱਜ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜੋ ਲੋਕ ਸੁਪਨੇ ਸਾਕਾਰ ਕਰ ਲੈਂਦੇ ਆ, ਤੇ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜੋ ਲੋਕ ਸੁਪਨੇ ਸਾਕਾਰ ਨਹੀਂ ਕਰ ਪਾਉਂਦੇ। ਉਹਨਾਂ ਦੀ ਸੋਚ ਦੇ ਵਿੱਚ ਕੀ ਡਿਫਰੈਂਸ ਹੈ, ਉਹਨਾਂ ਦੇ ਕੰਮ ਦੇ ਵਿੱਚ ਕੀ ਡਿਫਰੈਂਸ ਹੈ। ਫਸਟ ਆਫ ਆਲ ਅਸੀਂ ਗੱਲ ਕਰਦੇ ਹਾਂ ਉਹਨਾਂ ਕਾਰਨਾਂ ਜਾਂ ਆਦਤਾਂ ਬਾਰੇ ਜਿਨ੍ਹਾਂ ਦੇ ਕਰਕੇ ਅਸੀਂ ਸੁਪਨੇ ਸਾਕਾਰ ਨਹੀਂ ਕਰ ਪਾਉਂਦੇ। ਸਭ ਤੋਂ ਪਹਿਲਾਂ ਆਉਂਦਾ ਹੈ ਜੀ ਐਨਵਾਇਰਮੈਂਟ। ਐਨਵਾਇਰਮੈਂਟ ਦਾ ਮੇਰਾ ਮਤਲਬ ਹੈ ਕਿ ਘਰ ਦੇ ਮੈਂਬਰ ਜਾਂ ਸਾਡੇ ਦੋਸਤ। ਜੇ ਸਾਡੇ ਘਰ ਦੇ ਮੈਂਬਰ ਤੇ ਦੋਸਤ ਨੈਗੇਟਿਵ ਨੇ, ਸਾਨੂੰ ਐਪਰੀਸ਼ੀਏਟ ਨਹੀਂ ਕਰਦੇ ਨੇ, ਸਾਡੀ ਲੱਤ ਖਿੱਚਦੇ ਨੇ, ਤਾਂ ਅਸੀਂ ਆਪਣੇ ਜੋ ਹੈ ਗੋਲ ਨੂੰ ਅਚੀਵ ਕਰਨ ਨੂੰ ਜਾਂ ਸੁਪਨਿਆਂ ਨੂੰ ਸਾਕਾਰ ਕਰਨ ਚ ਸਫਲ ਇੰਨੀ ਜਲਦੀ ਨਹੀਂ ਹੋ ਸਕਦੇ। ਸੈਕਿੰਡ ਵਨ ਆਉਂਦਾ ਹੈ ਜੀ ਮੋਬਾਈਲ ਫੋਨ। ਮੋਬਾਈਲ ਫੋਨ ਜੋ ਹੈ, ਇੱਕ ਐਵਰੇਜ ਇਨਸਾਨ 10 ਤੋਂ 12 ਘੰਟੇ ਜੋ ਹੈ ਮੋਬਾਈਲ ਫੋਨ ਦੇ ਉੱਤੇ ਵੇਸਟ ਕਰਦਾ ਹੈ, ਜਿਹਦੇ ਨਾਲ 70 ਤੋਂ 80% ਜੋ ਹੈ ਟਾਈਮ ਆਪਣੀ ਫੋਕਸ ਹੈ ਜੋ ਹੈ ਉਹ ਗੋਲ ਨੂੰ ਅਚੀਵ ਕਰਨ ਦਾ ਉਹ ਵਿਗੜ ਜਾਂਦਾ ਹੈ, ਜਿਹਦੇ ਨਾਲ ਆਪਾਂ ਆਪਣੇ ਦਿਨ ਦਾ ਜੋ ਹੈ ਸਾਰੇ ਦਾ ਸਾਰਾ ਫੋਕਸ ਖਰਾਬ ਕਰ ਬੈਠਦੇ ਹਾਂ। ਥਰਡ ਵਨ ਹੈਗਾ ਜੀ ਐਕਸਕਿਊਜ਼ਸ। ਐਕਸਕਿਊਜ਼ਸ ਦਾ ਮੇਰਾ ਮਤਲਬ ਇਹ ਹੈ ਕਿ ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦੀ ਜਾਂ ਕੁਛ ਵੀ। ਜੇ ਐਕਸਕਿਊਜ਼ਸ ਦੇਣੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਕੰਮ ਆਪਾਂ ਡਿਲੇ ਪਾਉਂਦੇ ਰਹਿੰਦੇ ਹਾਂ। ਮੈਂ ਨਹੀਂ ਹੁੰਦਾ, ਮੇਰੇ ਤੋਂ ਨਹੀਂ ਹੋ ਸਕਦਾ ਜਾਂ ਪੈਸੇ ਦੀ ਪ੍ਰੋਬਲਮ। ਜੇ ਤੁਸੀਂ ਕਰਨਾ ਹੀ ਹੈ ਸਟੈਪ ਬਾਈ ਸਟੈਪ ਕਰ ਸਕਦੇ ਹੋ। ਇੱਕ ਵਜ੍ਹਾ ਚਾਹੀਦੀ ਹੈ ਸਿਰਫ ਤੁਹਾਨੂੰ ਆਪਣਾ ਜੋ ਹੈ ਸੁਪਨੇ ਸਾਕਾਰ ਕਰਨ ਦੇ ਲਈ। ਐਕਸਕਿਊਜ਼ ਬਣਾਉਣ ਲਈ 100 ਬਣਾ ਸਕਦੇ ਹੋ। ਫੋਰਥ ਵਨ ਹੈਗਾ ਜੀ ਕੰਫਰਟ ਜ਼ੋਨ। ਜੋ ਸਾਡਾ ਹੈ ਸਬਕੌਂਸ਼ੀਅਸ ਮਾਈਂਡ ਉਹ ਜ਼ਿਆਦਾ ਕੰਫਰਟੇਬਲ ਰਹਿਣਾ ਪਸੰਦ ਕਰਦਾ ਹੈ। ਜੇ ਅਸੀਂ ਸਬਕੌਂਸ਼ੀਅਸ ਮਾਈਂਡ ਨੂੰ ਟ੍ਰੇਨਡ ਨਹੀਂ ਕਰਾਂਗੇ ਗੋਲ ਨੂੰ ਅਚੀਵ ਕਰਨ ਦੇ ਲਈ, ਤਾਂ ਸਾਡਾ ਜੋ ਹੈ ਅਸੀਂ ਕੰਫਰਟ ਜ਼ੋਨ ਦੇ ਵਿੱਚ ਰਹਾਂਗੇ, ਜਿਹਦੇ ਨਾਲ ਹੈ ਆਪਾਂ ਆਪਣੇ ਗੋਲ ਨੂੰ ਅਚੀਵ ਨਹੀਂ ਕਰ ਪਾਵਾਂਗੇ। ਫਿਫਥ ਵਨ ਹੈਗਾ ਜੀ 5 ਪੀਪਲ ਐਵਰੇਜ। 5 ਪੀਪਲ ਐਵਰੇਜ ਦਾ ਮਤਲਬ ਇਹ ਹੈ ਕਿ ਜੋ ਅਸੀਂ ਜੋ ਉਹ ਲੋਕ 5 ਲੋਕ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਨਾਲ ਅਸੀਂ ਜ਼ਿਆਦਾ ਰਹਿੰਦੇ ਹਾਂ, ਜਿਨ੍ਹਾਂ ਨਾਲ ਅਸੀਂ ਜ਼ਿਆਦਾ ਆਪਣੇ ਸੀਕਰੇਟ ਸ਼ੇਅਰ ਕਰਦੇ ਹਾਂ, ਜਿਨ੍ਹਾਂ ਨਾਲ ਆਪਾਂ ਜ਼ਿਆਦਾ ਰਹਿਣਾ ਪਸੰਦ ਕਰਦੇ ਹਾਂ, ਉਹ ਤਾਂ ਸਾਡੇ ਘਰ ਦੇ ਮੈਂਬਰ ਵੀ ਹੋ ਸਕਦੇ ਆ ਜਾਂ ਸਾਡੇ ਦੋਸਤ ਵੀ ਹੋ ਸਕਦੇ ਆ। ਜੇ ਉਹ ਲੋਕ 5 ਲੋਕ ਜੋ ਹੈ ਪੋਜ਼ਿਟਿਵ ਹੋਣਗੇ ਆਪਣੇ ਗੋਲ ਨੂੰ ਅਚੀਵ ਕਰਨ ਦੇ ਪ੍ਰਤੀ ਜਾਂ ਆਪਣੇ ਗੋਲ ਨੂੰ ਅਚੀਵ ਕਰਦੇ ਹੋਣਗੇ, ਤਾਂ ਅਸੀਂ ਵੀ ਆਪਣੇ ਗੋਲ ਨੂੰ ਅਚੀਵ ਜਲਦੀ ਤੋਂ ਜਲਦੀ ਕਰਾਂਗੇ। ਜੇ ਉਹ ਨੈਗੇਟਿਵ ਹੋਣਗੇ, ਜੇ ਉਹ ਆਪਣੇ ਗੋਲ ਨੂੰ ਅਚੀਵ ਨਹੀਂ ਕਰਦੇ ਹੋਣਗੇ, ਆਪਣੇ ਗੋਲ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ ਹੋਣਗੇ, ਤਾਂ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਆਪਣੇ ਗੋਲ ਨੂੰ ਅਚੀਵ ਨਹੀਂ ਕਰਾਂਗੇ। ਸੋ ਦੋਸਤੋ, ਇਹ ਸੀਗੀਆਂ 5 ਆਦਤਾਂ ਜਿਨ੍ਹਾਂ ਦੇ ਕਰਕੇ ਅਸੀਂ ਆਪਣੇ ਗੋਲ ਨੂੰ ਅਚੀਵ ਨਹੀਂ ਕਰ ਪਾਉਂਦੇ। ਜੇ ਹੁਣ ਅਸੀਂ ਗੱਲ ਉਹ ਕਰਾਂਗੇ ਜੋ ਜਿਨ੍ਹਾਂ ਆਦਤਾਂ ਦੇ ਕਰਕੇ ਅਸੀਂ ਆਪਣੇ ਗੋਲ ਨੂੰ ਅਚੀਵ ਕਰ ਸਕਦੇ ਹਾਂ। ਫਸਟ ਆਫ ਆਲ ਆਉਂਦਾ ਹੈ ਜੀ ਫਾਇੰਡ ਯੂਅਰ ਡਿਸਟਰੈਕਸ਼ਨ। ਤੁਹਾਡੀ ਡਿਸਟਰੈਕਸ਼ਨ ਕੀ ਹੈ? ਤੁਹਾਡਾ ਗੋਲ ਤੋਂ ਇਲਾਵਾ ਹੋਰ ਕਿਸੇ ਵੀ ਜਗ੍ਹਾ ਤੇ ਫੋਕਸ ਹੈ, ਕਿਸੇ ਵੀ ਚੀਜ਼ ਤੇ ਫੋਕਸ ਹੈ। ਇਹ ਤੁਹਾਡਾ ਫੋਨ ਵੀ ਹੋ ਸਕਦਾ ਜਾਂ ਤੁਹਾਡਾ ਕਿਸੇ ਕੋਈ ਆਦਮੀ ਹੋ ਸਕਦਾ ਜਾਂ ਕੋਈ ਪ੍ਰੋਬਲਮ ਹੋ ਸਕਦੀ ਹੈ, ਕੁਛ ਵੀ ਹੋ ਸਕਦਾ ਹੈ, ਇਹ ਤੁਹਾਡੀ ਡਿਸਟਰੈਕਸ਼ਨ ਹੋ ਸਕਦੀ ਹੈ। ਇਸ ਡਿਸਟਰੈਕਸ਼ਨ ਨੂੰ ਸਾਈਡ ਤੇ ਰੱਖ ਕੇ ਸਾਰੇ ਦਾ ਸਾਰਾ ਫੋਕਸ ਤੁਸੀਂ ਆਪਣੇ ਗੋਲ ਵੱਲ ਦੇਵੋਗੇ, ਤਾਂ ਤੁਸੀਂ 100% ਸ਼ੋਰ ਹੈ ਕਿ ਆਪਣੇ ਗੋਲ ਨੂੰ ਅਚੀਵ ਕਰ ਸਕੋਗੇ। ਸੈਕਿੰਡ ਵਨ ਹੈਗਾ ਜੀ ਮੋਬਾਈਲ ਫੋਨ। ਮੋਬਾਈਲ ਫੋਨ ਦੇ ਵਿੱਚ ਜੋ 10 ਤੋਂ 12 ਘੰਟੇ ਟਾਈਮ ਤੁਸੀਂ ਵੇਸਟ ਕਰਦੇ ਹੋ, ਜੇ ਤੁਸੀਂ ਉਹ ਸਾਰੇ ਦਾ ਸਾਰਾ ਟਾਈਮ ਆਪਣਾ ਗੋਲ ਵੱਲ ਦੇਵੋਗੇ, ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣੇ ਗੋਲ ਨੂੰ ਅਚੀਵ ਕਰ ਸਕਦੇ ਹੋ। ਆਪਣੇ ਫੋਨ ਦੀ ਜੋ ਹੈ ਇਹਨਾਂ ਨੂੰ ਲਿਮਿਟ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਗੋਲ ਨੂੰ ਅਚੀਵ ਕਰ ਸਕਦੇ ਹੋ। ਥਰਡ ਵਨ ਹੈਗਾ ਹੈ ਜੀ ਕਲੈਰੀਫਿਕੇਸ਼ਨ। ਕਲੈਰੀਫਿਕੇਸ਼ਨ ਦੇ ਵਿੱਚ ਇਹ ਹੈ ਕਿ ਤੁਹਾਡਾ ਜੋ ਮਾਇੰਡ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ ਗੋਲ ਨੂੰ ਅਚੀਵ ਕਰਨ ਦੇ ਪ੍ਰਤੀ। ਜੇ ਤੁਹਾਡਾ ਤੁਸੀਂ ਆਪ ਕਨਫਿਊਜ਼ ਹੋ, ਤੁਹਾਡਾ ਮਾਇੰਡ ਕਨਫਿਊਜ਼ ਹੈ ਕਿਸੇ ਵੀ ਗੋਲ ਨੂੰ ਕਿ ਕਿਵੇਂ ਕਰਨਾ ਹੈ ਕਿਸੇ ਵੀ ਗੋਲ ਨੂੰ ਅਚੀਵ, ਤੇ ਤੁਸੀਂ ਉਸ ਗੋਲ ਨੂੰ ਅਚੀਵ ਨਹੀਂ ਕਰ ਸਕਦੇ। ਤੁਹਾਨੂੰ ਚਾਹੀਦਾ ਹੈ ਕਿ ਹਰੇਕ ਪੁਆਇੰਟ ਤੇ ਹਰੇਕ ਪਲਾਨ ਤੁਹਾਡਾ ਸਹੀ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਤੁਸੀਂ ਆਪਣੇ ਗੋਲ ਨੂੰ ਅਚੀਵ ਕਰਨਾ ਹੈ। ਹਰੇਕ ਸਟੈਪ ਜੋ ਹੈ ਤੁਹਾਡਾ ਕਲੀਅਰ ਤੁਹਾਡੇ ਵਿਜੀਬਲ ਹੋਣਾ ਚਾਹੀਦਾ ਮਾਇੰਡ ਦੇ ਵਿੱਚ। ਫੋਰਥ ਵਨ ਹੈਗਾ ਜੀ ਟ੍ਰੇਨਡ ਯੂਅਰ ਸਬਕੌਂਸ਼ੀਅਸ ਮਾਇੰਡ। ਤੁਹਾਡਾ ਜੋ ਸਬਕੌਂਸ਼ੀਅਸ ਮਾਇੰਡ ਹੈ ਉਹ ਟ੍ਰੇਨਡ ਹੋਣਾ ਚਾਹੀਦਾ ਹੈ। ਤੁਹਾਨੂੰ ਹਰ ਵੇਲੇ ਦਿਮਾਗ ਵਿੱਚ ਇਹ ਰਹਿਣਾ ਚਾਹੀਦਾ ਕਿ ਆਪਣੇ ਗੋਲ ਨੂੰ ਅਚੀਵ ਕਰਨਾ ਹੈ। ਜੇ ਤੁਸੀਂ ਆਪਣੇ ਗੋਲ ਨੂੰ ਅਚੀਵ ਕਰਨ 'ਚ ਭੁੱਲ ਜਾਓਗੇ, ਤਾਂ ਤੁਸੀਂ ਆਪਣੇ ਗੋਲ ਨੂੰ ਅਚੀਵ ਕਰਨ ਦੇ ਵਿੱਚ ਕੋਈ ਸਟੈਪ ਨਹੀਂ ਚੱਕੋਗੇ। ਤੁਸੀਂ ਇਸ ਦੇ ਲਈ ਆਪਣੇ ਦੀਵਾਰ ਦੇ ਉੱਤੇ ਜਾਂ ਆਪਣੇ
जिथे तुसी रहिंदे हो कमरे दे विच उत्थे अपना लिख के लगा लेना चाहिदा कि तुहाडे दिमाग दे विच हर वेले उही याद रहे। ਤੁਹਾਡਾ ਜੋ ਸਬਕੌਂਸ਼ੀਅਸ ਮਾਈਂਡ ਹੈ ਉਸ ਦੇ ਵਿੱਚ ਇਹ ਗੱਲ ਗੋਲ ਦੀ ਤੁਹਾਡੀ ਬੈਠ ਜਾਣੀ ਚਾਹੀਦੀ ਹੈ, ਇਸ ਲਈ ਤੁਹਾਨੂੰ ਆਪਣੇ ਟ੍ਰੇਨਡ ਰੱਖਣਾ ਚਾਹੀਦਾ ਹੈ। ਨੈਕਸਟ ਪੁਆਇੰਟ ਹੈਗਾ ਹੈ ਜੀ ਇੰਪਲੀਮੈਂਟੇਸ਼ਨ। ਇੰਪਲੀਮੈਂਟੇਸ਼ਨ ਮਤਲਬ ਕੁਇਕ ਐਕਸ਼ਨ। ਤੁਹਾਨੂੰ ਚਾਹੀਦਾ ਹੈ ਕਿ ਜੇ ਕੋਈ ਤੁਹਾਨੂੰ ਆਈਡੀਆ ਆਇਆ ਆ, ਤਾਂ ਤੁਸੀਂ ਗੋਲ ਸੈੱਟ ਕੀਤਾ ਹੈ, ਤੁਹਾਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਹੈ। ਜੋ ਵੀ ਆਈਡੀਆ ਜਾਂ ਕਿਸੇ ਵੀ ਫਲੋ ਨਾਲ ਤੁਹਾਡੇ ਮਾਈਂਡ ਦੇ ਵਿੱਚ ਆਇਆ ਆ, ਉਸੇ ਫਲੋ ਦੇ ਨਾਲ ਤੁਹਾਨੂੰ ਕੋਈ ਐਕਸ਼ਨ ਲੈਣਾ ਚਾਹੀਦਾ, ਇੰਪਲੀਮੈਂਟੇਸ਼ਨ ਕਰਨੀ ਚਾਹੀਦੀ ਹੈ। ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਹਾਡਾ ਫਲੋ ਡਿਕਰੀਜ਼ ਹੋਣਾ ਸ਼ੁਰੂ ਕਰ ਜਾਂਦਾ ਹੈ, ਤੁਹਾਡਾ ਜੋ ਹੈ ਫੋਕਸ ਉਹ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਟਾਈਮ ਦੇ ਹਿਸਾਬ ਨਾਲ, ਜਿਹਦੇ ਨਾਲ ਤੁਸੀਂ ਆਪਣੇ ਗੋਲ ਨੂੰ ਅਚੀਵ ਕਰਨ 'ਚ ਲੇਟ ਹੋ ਜਾਵੋਗੇ ਜਾਂ ਆਪਣੇ ਫੋਕਸ ਕਰਕੇ ਘੱਟ ਫੋਕਸ ਕਰਕੇ ਗੋਲ ਨੂੰ ਅਚੀਵ ਨਹੀਂ ਕਰ ਪਾਓਗੇ। ਸੋ ਦੋਸਤੋ ਇਹ ਸੀਗੀਆਂ ਕੁਛ ਆਦਤਾਂ ਜਿਨ੍ਹਾਂ ਦੇ ਕਰਕੇ ਤੁਸੀਂ ਆਪਣੇ ਗੋਲ ਨੂੰ ਅਚੀਵ ਕਰ ਸਕਦੇ ਹੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਧੰਨਵਾਦ।